सानू भरोसे तो तुसी 73 साल तो दें आ रहे खिच ले जटा वे खिच तैयारी बेचा पै गया सेंटर ना माहौल खराब आ क्यों की होया उत्थे तां किसानां ने रस्ते बंद कीते होए आ मम्मी रस्ते ना किसानां ने बंद नहीं कीते सरकार ने बंद किए ने ते जेड़े किसान उत्थे गए ने ना वो रास्ते बंद नहीं खोलन गए ने ते मैं भी चलना उन्हां दा साथ देन रास्ते खोलन ना तू वाला पर की करन जाना आ रोटी लेके आ ले रोटी खा ला चुप करके रोटी ए भी उन्हां दे खेतां चो आई है ते मम्मी किसान ना अपना अन्नदाता ते जे अज उन्हां ते औखी घड़ी आई है ना ते अपना भी फर्ज बनदा उन्हां दे नाल खड़न दा तू ना बह जा टेके किते नहीं जाना हैगा मम्मी अज ना रोकी ते क्यों नहीं जाना मैनू कोई एक कारण दस दो पहला कारण ता एह आ तू केड़ा किसान आ ओ पिंडा दे शहरा दे सारे किसान इकट्ठे होए हुए ने तेरे जान नाल ज्यादा सपोर्ट नहीं होजू मम्मी मैं किसान नहीं हैगा मैं मानदा पर इंसान ता हैगा ना ते जे थोड़े वांगू सारे सोचन लग गए ना बस फिर ता की फिर ता ਨਾ ਮੈਂ ਇਹਦੇ ਚ ਕੀ ਗਲਤ ਕਹਿਤਾ ਸਹੀ ਵੀ ਕੀ ਕਿਹਾ ਜ਼ਰੂਰੀ ਨਹੀਂ ਕਿਸਾਨਾਂ ਦੇ ਨਾਲ ਕਿਸਾਨ ਹੀ ਖੜਨਗੇ ਜੇ ਆਮ ਪਬਲਿਕ ਉੱਠ ਕੇ ਜਾ ਕੇ ਉਹਨਾਂ ਦੇ ਨਾਲ ਖੜੂਗੀ ਨਾ ਤਾਂ ਕਿਸਾਨਾਂ ਦੀ ਪਾਵਰ ਦੁੱਗਣੀ ਹੋਊਗੀ ਤੇ ਜਿਹੜੇ ਆਹ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਨਾ ਤਾਂ ਹੀ ਵਾਪਸ ਮੁੜਨੇ ਆ ਤੂੰ ਵਿੱਚੋਂ ਕੀ ਲੈਣਾ ਮੈਂ ਜਿਹੜੀ ਗੱਲ ਤਾਂ ਤੈਨੂੰ ਰੋਕਾਂ ਤਾਂ ਉਹੀ ਗੱਲ ਕਰਨੀ ਆ ਮੈਂ ਕਿਸਾਨਾਂ ਦਾ ਹੱਕ ਲੈਣਾ ਤੂੰ ਕੱਲਾ ਲੈ ਲੇਗਾ ਜਾ ਕੇ ਮੈਂ ਕੱਲਾ ਨਹੀਂ ਅਸੀਂ ਲੈਣ ਚੱਲੇ ਆ ਪੂਰਾ ਪੰਜਾਬ ਲੈਣ ਚੱਲਿਆ ਤੇ ਇਹ ਹੱਕ ਅਸੀਂ ਲੈ ਕੇ ਰਵਾਂਗੇ ਉਹ ਕੀ ਲੈਣਾ ਹੁਣ ਇਹਨੇ ਪਿਛਲੇ ਮਹੀਨੇ ਦਾ ਮੋਟਰਸਾਈਕਲ ਲੈ ਕੇ ਦਿੱਤਾ ਹੁਣ ਕੀ ਚਾਹੀਦਾ ਇਹਨੂੰ ਸਮਝਾ ਲੈ ਆਪਣੇ ਭਰਾ ਨੂੰ ਉਹ ਜੇ ਮੈਨੂੰ ਕੋਈ ਦੱਸੋਗੇ ਤਾਂ ਹੀ ਸਮਝਾਉਂਗਾ ਦਿੱਲੀ ਜਾਣ ਨੂੰ ਕਹਿੰਦਾ ਇਹ ਦਿੱਲੀ ਦਿੱਲੀ ਤਾਂ ਯਾਰ ਮੈਂ ਵੀ ਜਾਣਾ ਮੈਨੂੰ ਨਾਲ ਲੈ ਜੀ ਮੈਂ ਤਾਂ ਆਪ ਕਿਸਾਨ ਵੀਰਾਂ ਦੇ ਨਾਲ ਖੜਨਾ ਮੈਂ ਇਹਨੂੰ ਟਿਕਾਉਣੀ ਆ ਤੂੰ ਨਾਲੇ ਰਲ ਗਿਆ ਆਹੀ ਤਾਂ ਗੱਲ ਆ ਵੀਰੇ ਤੁਸੀਂ ਖਬਰਾਂ ਦੇਖਦੇ ਹੋ ਮੰਮੀ ਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਪਤਾ ਕਿ ਉਹ ਕਿੰਨੀਆਂ ਮੁਸ਼ਕਲਾਂ ਦੇ ਨਾਲ ਦਿੱਲੀ ਪਹੁੰਚੇ ਨੇ ਬਿਲਕੁਲ ਸਹੀ ਗੱਲ ਆ ਸਲਿਊਟ ਆ ਕਿਸਾਨ ਵੀਰਾਂ ਨੂੰ ਤੁਸੀਂ ਮੈਨੂੰ ਗਲਤ ਸਮਝ ਰਹੇ ਹੋ ਮੈਂ ਵੀ ਖਬਰਾਂ ਦੇਖਦੀ ਆ ਮੈਂ ਵੀ ਉਹਨਾਂ ਦੇ ਨਾਲ ਆ ਉਹ ਮੰਮੀ ਜੇ ਤੁਸੀਂ ਨਾਲ ਹੋ ਫਿਰ ਇਹਨੂੰ ਕਾਹਤੇ ਰੋਕਦੇ ਹੋ ਮੈਨੂੰ ਕਾਹਤੇ ਰੋਕਦੇ ਹੋ ਰਾਜੇ ਮੈਨੂੰ ਡਰ ਲੱਗਦਾ ਕਿਤੇ ਜਾ ਕੇ ਤੁਹਾਡੇ ਸੱਟ ਫੇਟ ਨਾ ਲੱਗੇ ਉੱਥੇ ਪੱਥਰ ਮਾਰਦੇ ਨੇ ਅਥਰੂ ਗੈਸ ਛੱਡਦੇ ਨੇ ਲਾਠੀਆਂ ਮਾਰਦੇ ਨੇ ਪਾਣੀ ਸਿੱਟਦੇ ਨੇ ਇੰਨੀ ਤਾਂ ਠੰਡ ਆ ਮੰਮੀ ਆਹੀ ਤਾਂ ਪ੍ਰੋਬਲਮ ਆ ਤੁਹਾਡੀ ਹਰੇਕ ਮਾਂ ਦੀ ਇਹ ਪ੍ਰੋਬਲਮ ਆ ਇਹਨਾਂ ਨੂੰ ਭਗਤ ਸਿੰਘ ਤਾਂ ਚਾਹੀਦਾ ਪਰ ਭਗਤ ਸਿੰਘ ਇਹਨਾਂ ਦੇ ਆਪਣੇ ਘਰੇ ਨਾ ਜੰਮੇ ਹੱਕ ਚਾਹੀਦਾ ਪਰ ਪੁੱਤ ਤੁਸੀਂ ਨਹੀਂ ਲੈਣਾ ਉਹ ਮਾਤਾ ਜੀ ਅਸੀਂ ਜਾ ਕੇ ਸਾਥ ਨਹੀਂ ਦੇਵਾਂਗੇ ਤਾਂ ਸਾਡੇ ਪੰਜਾਬੀ ਹੋਣ ਦਾ ਕੀ ਫਾਇਦਾ ਅੱਜ ਉਹਨਾਂ ਨੂੰ ਲੋੜ ਆ ਸਾਰੀ ਜ਼ਿੰਦਗੀ ਉਹਨਾਂ ਨੇ ਸਾਨੂੰ ਅੰਨ ਖਵਾਇਆ ਤੇ ਅੱਜ ਅਸੀਂ ਸਾਥ ਨਾ ਦਈਏ ਪਰ ਪੁੱਤ ਉੱਥੇ ਪੁਲਿਸ ਡੰਡੇ ਮਾਰਦੀ ਆ ਉਹਨੇ ਪੁਲਿਸ ਨਹੀਂ ਮਾਰਦੀ ਡੰਡੇ ਡੰਡੇ ਸਰਕਾਰ ਮਾਰਦੀ ਆ ਪੁਲਿਸ ਨੂੰ ਤਾਂ ਸਿਰਫ ਹੁਕਮ ਦਿੱਤਾ ਜਾਂਦਾ ਇਹ ਗੱਲ ਸਾਡੇ ਕਿਸਾਨ ਜਿਹੜੇ ਨੇ ਨਾ ਉਹ ਚੰਗੀ ਤਰ੍ਹਾਂ ਸਮਝਦੇ ਆ ਇਸੇ ਕਰਕੇ ਭੁੱਖਿਆਂ ਨੂੰ ਵੀ ਰੋਟੀ ਖਵਾਉਂਦੇ ਨੇ ਜਦੋਂ ਫੌਜ ਭੁੱਖੀ ਸੀਗੀ ਪੁਲਿਸ ਵਾਲੇ ਭੁੱਖੇ ਸੀਗੇ ਪਿਆਸੇ ਸੀਗੇ ਉਹਨਾਂ ਨੂੰ ਪਾਣੀ ਪਿਆਇਆ ਲੰਗਰ ਖਵਾਇਆ ਉਹਨਾਂ ਨੂੰ ਮੈਂ ਨਹੀਂ ਰੋਕਦੀ ਪੁੱਤਰ ਜਾਇਓ ਜਾਵਾਂਗੇ ਤੇ ਮੇਰੇ ਖਿਆਲ ਨਾਲ ਪੰਜਾਬ ਦੇ ਹਰ ਉਸ ਵਾਸੀ ਨੂੰ ਅੱਜ ਦੀ ਘੜੀ ਦੇ ਵਿੱਚ ਕਿਸਾਨ ਵੀਰਾਂ ਦੇ ਨਾਲ ਸਾਥ ਦੇ ਕੇ ਖੜਨਾ ਚਾਹੀਦਾ ਕਿਉਂਕਿ ਇੰਨੀਆਂ ਯੂਨੀਅਨਸ ਇੰਨੀਆਂ ਜਥੇਬੰਦੀਆਂ ਜਦ ਕਿਸਾਨ ਵੀਰਾਂ ਦੇ ਨਾਲ ਨੇ ਤਾਂ ਅੱਜ ਦਾ ਆਮ ਆਦਮੀ ਜੋ ਘਰ ਦੇ ਵਿੱਚ ਬੈਠਾ ਠੰਡ ਦੇ ਵਿੱਚ ਕੰਬਲ ਲੈ ਕੇ ਉਹ ਕਿਸਾਨ ਵੀਰਾਂ ਦੇ ਨਾਲ ਕਿਉਂ ਨਹੀਂ ਹੈਗਾ ਆਓ ਦਿੱਲੀ ਚੱਲੀਏ ਇੱਟ ਨਾਲ ਇੱਟ ਖੜਕਾਉਣੀ ਪੈਣੀ ਆ ਬਾਈ ਜਦ ਯਾਰ ਇੱਕ ਪਲ ਕਹਿੰਦੇ ਨਾ ਵੀ ਬੰਦੇ ਨੇ ਮਕਾਨ ਵੇਚਣਾ ਜਦ ਵੇਚਣ ਵਾਲਾ ਹੀ ਰਾਜੀ ਨਹੀਂ ਹੈਗਾ ਕਿ ਯਾਰ ਮੈਂ ਇੱਦਾਂ ਨਹੀਂ ਵੇਚਣਾ ਉਹਨੂੰ ਧੱਕੇ ਨਾਲ ਕਿਵੇਂ ਤੁਸੀਂ ਕਹਿ ਦੋਗੇ ਕਿ ਯਾਰ ਤੂੰ ਇੱਦਾਂ ਹੀ ਵੇਚ
ਉਹੀ ਕੰਮ ਸਰਕਾਰ ਕਰਦੀ ਪਈ ਆ। ਅੱਜ ਦੀ ਘੜੀ ਆਪਾਂ ਨੂੰ ਕਿਸਾਨ ਵੀਰਾਂ ਦੇ ਨਾਲ ਖੜਨਾ ਪੈਣਾ, ਇਹ ਗੱਲ ਯਾਦ ਰੱਖਿਓ। ਕਿਸਾਨ ਵੀਰਾਂ ਦੇ ਹੱਕ ਵਿੱਚ ਫੇਸਬੁੱਕ ਭਰ ਦਿਓ, ਵਟਸਐਪ ਭਰ ਦਿਓ, ਜਿੱਦਾਂ ਤੁਸੀਂ ਸਪੋਰਟ ਕਰ ਸਕਦੇ ਹੋ ਉੱਦਾਂ ਤੁਸੀਂ ਸਪੋਰਟ ਕਰੋ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਕਿਸਾਨ ਏਕਤਾ ਜ਼ਿੰਦਾਬਾਦ।